ਕਿ ਵੀ ਹੁਣ ਕੋਈ ਵੀ ਜਿਹੜੀ ਹੈਗੀ ਐਸ ਜੀ ਪੀ ਸੀ ਵੱਲੋਂ ਕੋਈ ਕਲੇਮ ਨਹੀਂ ਰਹਿ ਜਾਂਦਾ ਅਤੇ 10 ਸਾਲ ਤੋਂ ਅਕਾਲੀ ਦਲ ਕਿੱਥੇ ਸੀਗਾ? ਕੀ ਅਕਾਲੀ ਦਲ ਇਸ ਦਾ ਜ਼ਿੰਮੇਵਾਰ ਨਹੀਂ ਹੈ? ਤੁਸੀਂ ਅਕਾਲੀ ਦਲ ਸੀਗੇ, ਤੁਸੀਂ ਜ਼ਿੰਮੇਵਾਰ ਨਹੀਂ। ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਤਾਂ ਇੱਕ ਬੜੀ ਸ਼ਰਮਸਾਰ ਗੱਲ ਹੈ ਕਿ ਮੈਂ ਅਕਾਲੀ ਦਲ ਦੇ ਵਿੱਚ ਇੰਨੇ ਸਾਲ ਰਿਹਾ, ਮੈਨੂੰ ਨਹੀਂ ਪਤਾ ਕਿ ਆਈਟਮਾਂ ਵਾਪਸ ਆ ਚੁੱਕੀਆਂ। ਕਿ ਪਹਿਲੇ ਤੁਸੀਂ ਪੰਥ ਵਿੱਚ, ਅੱਜ ਤੁਸੀਂ ਗ੍ਰੰਥ ਵਿੱਚ, ਤਾਂ ਕਿਉਂ ਨਹੀਂ ਕਾਊਂਟਰ ਕਰਦੇ ਪਾਰਲੀਮੈਂਟ 'ਚ? ਤੁਹਾਡੇ ਐਮ ਪੀ ਬੈਠੇ ਨੇ, ਤੁਸੀਂ ਵਜ਼ਾਰਤਾਂ ਭੋਗਦੇ ਪਏ ਹੋ ਐਡੇ ਲੰਬੇ ਸਮੇਂ ਤੋਂ, ਕਿ ਉਹ ਐਸ ਜੀ ਪੀ ਸੀ ਕੋਲੋਂ ਸਮਾਨ ਪਿਆ? ਕਿ ਉਹ ਸਮਾਨ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਆ, ਜਿਹੜੇ ਇਹ ਤਸਕਰ ਨੇ, ਉਹਨਾਂ ਨੂੰ ਵੇਚ ਦਿੱਤਾ ਗਿਆ ਕਰੋੜਾਂ ਰੁਪਏ ਦੀ ਕੀਮਤ ਲੈ ਕੇ? ਤੁਸੀਂ ਸਿੱਖਾਂ ਦੀ ਧਰੋਹਰ, ਤੁਸੀਂ ਪੰਥ ਦੀ ਧਰੋਹਰ ਜਿਹੜੀ ਉਹ ਖਤਮ ਕਰ ਦਿੱਤੀ ਹੈ। ਜਦ ਤੁਸੀਂ 2014 ਨੂੰ ਆਲਰੇਡੀ ਤੁਸੀਂ ਕਿਹਾ ਕਿ ਮੈਂ ਜੇਟਲੀ ਸਾਹਿਬ ਨੂੰ ਲਿਖਿਆ ਸੀਗਾ, ਉਹਨਾਂ ਨੇ ਵੀ ਕਹਿਤਾ ਕਿ ਕੋਈ ਰਿਕਾਰਡ ਨਹੀਂ, ਤੁਸੀਂ ਉਹਦਾ ਮੁੱਦਾ ਕਿਉਂ ਨਹੀਂ ਚੁੱਕਿਆ? ਅੱਜ ਅਕਾਲੀ ਦਲ ਤੋਂ ਬਾਹਰ ਹੋ ਤਾਂ ਕੀ ਉਹ ਅਕਾਲੀ ਦਲ ਨੂੰ ਭੰਡਣ ਵਾਸਤੇ ਕਰ ਰਹੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁੜੇ ਹਾਂ ਸਰਦਾਰ ਮਨਜੀਤ ਸਿੰਘ ਜੀ ਕੇ ਦੇ ਨਾਲ। ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜੋ ਪੱਖਿਆ ਹੋਇਆ ਮੁੱਦਾ, ਉਹਦੇ ਬਾਰੇ ਅੱਜ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਕਾਫੀ ਜੋ ਜਾਣਕਾਰੀ ਸਾਂਝਾ ਕੀਤੀ ਹੈ ਜੀ ਕੇ ਸਾਹਿਬ, ਉਸ ਦੇ ਮੁਤਲਕ ਹੀ ਗੱਲਬਾਤ ਕਰਾਂਗੇ। ਗੁਰਫਤਿਹ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾਫੀ ਖੁਲਾਸੇ ਤੁਸੀਂ ਅੱਜ ਕੀਤੇ, ਡਿਟੇਲ ਵੱਲ ਨਹੀਂ ਜਾਵਾਂਗੇ, ਗੱਲ ਸਿੱਧੀ ਕਰਾਂਗੇ ਕਿ ਜਦ ਗੱਲ ਆਲਰੇਡੀ 2009 ਦੇ ਵਿੱਚ, ਅੱਜ ਤੋਂ 10 ਸਾਲ ਪਹਿਲੇ ਦੀ ਅਖਬਾਰਾਂ ਦੇ ਵਿੱਚ ਇਹ ਗੱਲ ਬਾਹਰ ਆ ਚੁੱਕੀ ਸੀਗੀ ਕਿ ਵੀ ਡਾਕਟਰ ਅਨੁਰਾਗ ਸਿੰਘ ਜਿਹੜੇ ਫਾਰਮਰ ਡਾਇਰੈਕਟਰ ਨੇ, ਉਹਨਾਂ ਨੇ ਕਹਿ ਦਿੱਤਾ ਕਿ ਕੋਈ ਵੀ ਮੱਕੜ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਦਿੱਤਾ ਕਿ ਵੀ 2009 ਦੇ ਵਿੱਚ ਹੀ ਦੇ ਦਿੱਤਾ, ਅਖਬਾਰਾਂ 'ਚ ਵੀ ਆ ਗਿਆ ਕਿ ਵੀ ਹੁਣ ਕੋਈ ਵੀ ਜਿਹੜੀ ਹੈਗੀ ਐਸ ਜੀ ਪੀ ਸੀ ਵੱਲੋਂ ਕੋਈ ਕਲੇਮ ਨਹੀਂ ਰਹਿ ਜਾਂਦਾ। ਅਤੇ ਦੂਸਰੀ ਗੱਲ, ਇੱਕ ਐਂਟਨੀ ਸਾਹਿਬ ਵੀ ਜਿਹੜੇ ਉਸ ਸਮੇਂ ਦੇ ਰਕਸ਼ਾ ਮੰਤਰੀ ਸੀਗੇ, ਉਹ ਵੀ ਤਰਲੋਚਨ ਸਿੰਘ ਜੀ ਦੇ ਗੱਲ ਦਾ ਸੰਸ ਪਾਰਲੀਮੈਂਟ 'ਚ ਸਵਾਲ ਕੀਤਾ, ਉਹਦਾ ਜਵਾਬ ਉਹ ਦੇ ਰਹੇ ਨੇ ਕਿ ਵੀ ਹੁਣ ਸਾਡੇ ਕੋਲ ਕੁਛ ਵੀ ਨਹੀਂ ਹੈਗਾ ਅਤੇ 10 ਸਾਲ ਤੋਂ ਅਕਾਲੀ ਦਲ ਕਿੱਥੇ ਸੀਗਾ? ਕਿ ਅਕਾਲੀ ਦਲ ਇਸ ਦਾ ਜ਼ਿੰਮੇਵਾਰ ਨਹੀਂ ਹੈ? ਤੁਸੀਂ ਅਕਾਲੀ ਦਲ ਸੀਗੇ, ਤੁਸੀਂ ਜ਼ਿੰਮੇਵਾਰ ਨਹੀਂ? ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਤਾਂ ਇੱਕ ਬੜੀ ਸ਼ਰਮਸਾਰ ਗੱਲ ਹੈ ਕਿ ਮੈਂ ਅਕਾਲੀ ਦਲ ਦੇ ਵਿੱਚ ਇੰਨੇ ਸਾਲ ਰਿਹਾ, ਮੈਨੂੰ ਨਹੀਂ ਪਤਾ ਕਿ ਆਈਟਮਾਂ ਵਾਪਸ ਆ ਚੁੱਕੀਆਂ ਨੇ। ਪਰ ਇਹ ਅਖਬਾਰਾਂ ਦੇ ਵਿੱਚ ਆ ਚੁੱਕਾ, ਮੇਰੀ ਨੌਲੇਜ 'ਚ ਨਹੀਂ ਸੀਗਾ। ਐਸ ਜੀ ਪੀ ਸੀ ਨੂੰ ਇਸ 'ਤੇ ਬੋਲਣਾ ਚਾਹੀਦਾ ਸੀ, ਮੇਰਾ ਇਸ ਬਿਲਕੁਲ ਐਸ ਜੀ ਪੀ ਸੀ ਰਿਕਾਰਡ ਨਹੀਂ। ਸਗੋਂ ਮੈਂ 2014 ਜਦੋਂ ਪ੍ਰਧਾਨ ਬਣਦਾ, 13 'ਚ ਮੈਂ ਹਿੰਦੁਸਤਾਨ ਦੇ ਡਿਫੈਂਸ ਮਿਨਿਸਟਰ ਨੂੰ ਜੇਟਲੀ ਨੂੰ ਲਿਖਦਾ, ਉਹ ਮੈਨੂੰ ਕਹਿੰਦੇ ਨੇ ਕਿ ਸਾਡੇ ਕੋਲ ਤੁਹਾਡੇ ਕੋਈ ਸਮਾਨ ਨਹੀਂ ਪਿਆ। ਐਸ ਜੀ ਪੀ ਸੀ ਇਹਦੇ 'ਚ ਚੁੱਪ ਕਿਉਂ ਬੈਠੀ ਹੈ? ਸਵਾਲ ਇਹ ਹੈ ਕਿ ਅੱਜ ਇਹ ਸਵਾਲ ਖੜਾ ਹੋਏਗਾ ਅਕਾਲੀ ਦਲ ਦੇ ਉੱਤੇ ਕਿ ਅਕਾਲੀ ਦਲ ਹਮੇਸ਼ਾ ਐਸ ਜੀ ਪੀ ਸੀ ਤਾਂ ਅਕਾਲੀ ਦਲ ਕੋਲ ਪਿਛਲੇ 60 ਸਾਲਾਂ ਤੋਂ, ਕਿ ਪਹਿਲੇ ਤੁਸੀਂ ਪੰਥ ਵਿੱਚ, ਅੱਜ ਤੁਸੀਂ ਗ੍ਰੰਥ ਵਿੱਚ, ਤਾਂ ਅੱਜ ਸ਼ਿਕਾਇਤ ਇਹ ਹੈ ਕਿ ਜਿਹੜਾ ਅਖਬਾਰਾਂ ਲਿਖ ਰਹੀਆਂ ਨੇ ਕਿਤੇ 12 ਕਰੋੜ ਦਾ ਤੁਸੀਂ ਕੋਈ ਸਮਾਨ ਵੇਚ ਦਿੱਤਾ, ਇਹ ਤੁਸੀਂ ਗੁਰੂ ਦਸਮ ਪਿਤਾ ਦੇ ਦਸਕਤਾ ਵਾਲਾ ਸਰੂਪ 1000 ਪਾਊਂਡ ਦਾ ਤੁਸੀਂ ਵੇਚ ਦਿੱਤਾ। ਕੌਣ ਵੇਚ ਰਹੇ ਹਨ? ਇਹੀ ਤਾਂ ਇਨਕੁਆਇਰੀ ਦੀ ਗੱਲ ਹੈ। ਮੈਂ ਪੁਲਿਸ ਦੇ ਵਿੱਚ ਕੰਪਲੇਂਟ ਦੇਣ ਲੱਗਾ ਅੰਮ੍ਰਿਤਸਰ, ਜਿਹੜੇ ਹਰਜਿੰਦਰ ਸਿੰਘ ਦਲਗੀਰ ਨੇ ਉਸ ਵੇਲੇ ਡਾਇਰੈਕਟਰ ਸੀ, ਉਹਨਾਂ ਦੇ ਨਾਂ 'ਤੇ ਐਂਡ ਅਦਰਸ, ਉਹਦੇ ਐਸ ਜੀ ਪੀ ਸੀ ਦਾ ਸਟਾਫ ਜਾਂ ਐਸ ਜੀ ਪੀ ਸੀ ਦਾ ਕੋਈ ਅਹੁਦੇਦਾਰ ਜਾਂ ਜਿਹੜੇ ਦਲਾਲ ਨੇ ਇਹੋ ਜਿਹਾ ਕੰਮ ਕਰਦੇ ਨੇ, ਬਾਹਰ ਆਈਟਮਾਂ ਭੇਜਦੇ ਨੇ ਔਰ ਕਰੋੜਾਂ ਰੁਪਏ ਦਾ ਉਹਦੇ ਵਿੱਚ ਲੈਣ ਦੇਣ ਹੁੰਦਾ। ਮੈਂ ਸਮਝਦਾ ਇੱਕ ਕੰਪਲੇਂਟ ਦੇਣ ਲੱਗਾ, 15 ਦਿਨ 'ਚ ਮੈਂ ਅੰਮ੍ਰਿਤਸਰ 'ਚ ਕੰਪਲੇਂਟ ਦਿਆਂਗਾ ਕ੍ਰਿਮੀਨਲ, ਔਰ ਮੈਂ ਅਪੀਲ ਕਰਾਂਗਾ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਜ਼ਰੂਰ ਇਸ ਦੇ ਉੱਤੇ ਆਉਣ ਔਰ ਇਹਦੇ ਵਿੱਚ ਹਿੱਸਾ ਬਣਨ। ਇਹ ਇੱਕ ਬਹੁਤ ਵੱਡੀ ਸਿੱਖ ਧਰੋਹਰ ਜਿਹੜੀ ਹੈ ਉਸਨੂੰ ਗਾਇਬ ਕੀਤਾ ਗਿਆ। ਐਸ ਜੀ ਪੀ ਸੀ ਕੋਲ ਸਮਾਨ ਆਉਂਦਾ, ਤੁਸੀਂ ਕਲੇਮ ਕਰਦੀ ਹੈ ਸੀ ਬੀ ਆਈ ਕੋਰਟ ਦੇ ਵਿੱਚ 2091 ਦੇ ਵਿੱਚ ਕਿ ਅਸੀਂ ਸਾਰੀਆਂ ਆਰਡਰ ਦੇ ਹਿਸਾਬ ਨਾਲ ਕੋਰਟ ਦੇ ਸਮਾਨ ਦੇ ਦਿੱਤਾ, ਤੁਸੀਂ ਉਸਨੂੰ ਕਾਊਂਟਰ ਕਿਉਂ ਨਹੀਂ ਕਰਦੇ ਐਸ ਜੀ ਪੀ ਸੀ? ਸਾਰ ਤਰਲੋਚਨ ਸਿੰਘ ਸਵਾਲ ਪੁੱਛਦੇ ਨੇ, ਏ ਕੇ ਐਂਟਨੀ ਜਵਾਬ ਦਿੰਦੇ ਨੇ ਕਿ ਅਸੀਂ ਇਹ ਸਾਰਾ ਕੁਝ 17 ਪੇਜ ਦੀ ਰਿਪੋਰਟ ਹੈ ਕਿ ਅਸੀਂ ਸਾਰਾ ਕੁਝ ਵਾਪਸ ਦੇ ਚੁੱਕੇ ਹਾਂ, ਤੁਸੀਂ ਉਸ ਨੂੰ ਕਿਉਂ ਨਹੀਂ ਕਾਊਂਟਰ ਕਰਦੇ ਪਾਰਲੀਮੈਂਟ 'ਚ? ਤੁਹਾਡੇ ਐਮ ਪੀ ਬੈਠੇ ਨੇ, ਤੁਸੀਂ ਵਜ਼ਾਰਤਾਂ ਭੋਗਦੇ ਪਏ ਹੋ ਐਡੇ ਲੰਬੇ ਸਮੇਂ ਤੋਂ, ਤੁਸੀਂ ਕਿਉਂ ਨਹੀਂ ਬੋਲਦੇ ਪਏ? ਕਿ ਇਹ ਤਾਂ ਸਰ ਪ੍ਰਧਾਨ ਸਾਹਿਬ ਨੂੰ ਦੱਸਣਾ ਚਾਹੀਦਾ, ਸਰ ਸੁਖਬੀਰ ਸਿੰਘ ਬਾਦਲ ਨੂੰ, ਕਿ ਜਦ ਐਸ ਜੀ ਪੀ ਸੀ ਕੋਲ ਸਮਾਨ ਆ ਚੁੱਕਾ ਤਾਂ ਉਹਨਾਂ ਦੀ ਨੌਲੇਜ 'ਚ ਨਹੀਂ ਹੈ, ਜਾਂ ਉਹਨਾਂ ਤੋਂ ਪਹਿਲੇ ਜਿਹੜੇ ਪ੍ਰਧਾਨ ਰਹੇ ਨੇ ਅਕਾਲੀ ਦਲ ਦੇ, ਉਹਨਾਂ ਦੀ ਨੌਲੇਜ 'ਚ ਨਹੀਂ ਹੈ? ਸਾਨੂੰ ਤਾਂ ਇਹ ਚੀਜ਼ ਨਹੀਂ ਪਤਾ ਸੀ, ਅਤੇ ਅੱਜ ਵੀ ਮੰਗਦੇ ਪਏ ਸੀਗੇ ਕਿ ਹੋ ਸਕਦਾ ਕਿ ਹਲੇ ਵੀ ਸਮਾਨ ਵਾਪਸ ਹੋਵੇ। ਲੇਕਿਨ ਜਿਹੜਾ ਸਮਾਨ ਆਇਆ, ਕੀ ਐਸ ਜੀ ਪੀ ਸੀ ਕੋਲ ਪਿਆ? ਕੀ ਉਹ ਐਸ ਜੀ ਪੀ ਸੀ ਕੋਲ ਸਮਾਨ ਪਿਆ? ਕਿ ਉਹ ਸਮਾਨ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਆ, ਜਿਹੜੇ ਤਸਕਰ ਨੇ, ਉਹਨਾਂ ਨੂੰ ਵੇਚ ਦਿੱਤਾ ਗਿਆ ਕਰੋੜਾਂ ਰੁਪਏ ਦੀ ਕੀਮਤ ਲੈ ਕੇ? ਤੁਸੀਂ ਸਿੱਖਾਂ ਦੀ ਧਰੋਹਰ, ਤੁਸੀਂ ਪੰਥ ਦੀ ਧਰੋਹਰ ਜਿਹੜੀ ਉਹ ਖਤਮ ਕਰ ਦਿੱਤੀ ਹੈ। ਅੱਜ ਇਸ ਮੁੱਦੇ ਨੂੰ ਤੁਸੀਂ ਜਿਹੜਾ ਕਾਫੀ ਇੱਕ ਵੱਡੀ ਹਾਈਪ ਵੀ ਹੈ ਅਤੇ ਦੇ ਰਹੇ ਹੋ, ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਪਹਿਲੇ ਕਦੀ ਇਸ 'ਤੇ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ? ਜਦ ਤੁਸੀਂ 2014 ਨੂੰ ਆਲਰੇਡੀ ਤੁਸੀਂ ਕਿਹਾ ਕਿ ਮੈਂ ਜੇਟਲੀ ਸਾਹਿਬ ਨੂੰ ਲਿਖਿਆ ਸੀਗਾ, ਉਹਨੇ ਵੀ ਕਹਿਤਾ ਕਿ ਕੋਈ ਰਿਕਾਰਡ ਨਹੀਂ, ਤੁਸੀਂ ਉਹਦਾ ਮੁੱਦਾ ਕਿਉਂ ਨਹੀਂ ਚੁੱਕਿਆ? ਅੱਜ ਅਕਾਲੀ ਦਲ ਤੋਂ ਬਾਹਰ ਹੋ ਤਾਂ ਕੀ ਉਹ ਅਕਾਲੀ ਦਲ ਨੂੰ ਭੰਡਣ ਵਾਸਤੇ ਕਰ ਰਹੇ ਹੋ? ਮੈਂ ਜਦੋਂ ਲਿਖਿਆ ਹੈ, ਮੇਰੀ ਮਨਸ਼ਾ ਕੀ ਸੀਗਾ ਕਿ ਸਮਾਨ ਵਾਪਸ ਆਉਣਾ ਚਾਹੀਦਾ। ਜਦੋਂ ਮੈਨੂੰ ਇਹ ਖਬਰ ਮਿਲਦੀ ਹੈ, ਮੈਂ ਮੈਂਬਰ ਪਾਰਲੀਮੈਂਟ ਸਾਹਿਬ ਸੁਖਬੀਰ ਸਿੰਘ ਕੋਲ ਬੈਠੇ, ਮੈਂ ਉਹਨਾਂ ਨੂੰ ਆਖਿਆ ਜੀ ਕਿ ਉਹ ਕਹਿ ਰਹੇ ਨੇ ਸਾਡੇ ਕੋਲ ਕੋਈ ਸਮਾਨ ਨਹੀਂ ਹੈਗਾ, ਸਾਨੂੰ ਇਸ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਣਾ ਚਾਹੀਦਾ, ਇਹ ਪੋਡੀਅਮ 'ਤੇ ਉਹਨਾਂ ਕੋਲ ਹੈ ਚੁੱਕਣ ਦਾ, ਮੇਰੇ ਕੋਲ ਤਾਂ ਜਿੱਥੇ ਸੀ ਮੈਂ ਤਾਂ ਚੁੱਕ ਲਿਆ।
ਤਰੀਕ ਨੂੰ ਇੱਕ ਮੀਟਿੰਗ ਵੀ ਹੋਣ ਜਾ ਰਹੀ ਹੈ, ਤੁਹਾਨੂੰ ਲੱਗਦਾ ਉਹਦੇ ਵਿੱਚ ਕੋਈ ਸੱਟਾ ਨਿਕਲੇਗਾ ਜਾਂ ਤੁਹਾਡੀ ਕੰਪਲੇਂਟ ਜਿਹੜਾ ਉਹਦਾ ਟਾਈਮ ਲਿਮਿਟ ਕੀ ਦੇ ਰਹੇ ਹੋ ਤੁਸੀਂ? ਨਹੀਂ, ਮੈਂ ਤਾਂ ਟਾਈਮ ਲਿਮਿਟ ਕੀ ਦੇਣੀ ਪੁਲਿਸ ਨੂੰ ਕੰਪਲੇਂਟ ਦੇਣੀ ਹੈ ਬੜਾ ਦਿਨਾਂ ਬਾਅਦ ਅਸੀਂ 15 ਦਿਨਾਂ ਦੇ ਵਿੱਚ ਇਹ ਕੰਪਲੇਂਟ ਦੇਣ ਜਾ ਰਹੇ ਹਾਂ। SGPC ਨੂੰ ਮੈਂ ਅਪੀਲ ਕਰਾਂਗਾ, ਦੇਖੋ ਲੌਂਗੋਵਾਲ ਸਾਹਿਬ ਨਵੇਂ ਆਏ ਨੇ, ਲੌਂਗੋਵਾਲ ਸਾਹਿਬ ਨੂੰ ਚਾਹੀਦਾ ਕਿ ਇਸ 'ਤੇ ਵਾਈਟ ਪੇਪਰ ਜਾਰੀ ਕਰਨ। ਜੋ ਕੁਛ ਹੋਇਆ ਲੌਂਗੋਵਾਲ ਸਾਹਿਬ ਤੋਂ ਪਹਿਲੇ ਹੋਇਆ, ਉਹਨਾਂ ਦੇ ਤਾਂ ਇਹਦੇ 'ਚ ਪਾਰਟੀ ਨਹੀਂ ਨੇ, ਲੇਕਿਨ ਉਹ ਸੰਸਥਾ ਦੇ ਹੈੱਡ ਨੇ, ਅੱਜ ਦੀ ਡੇਟ 'ਚ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਮੈਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਦੇ ਉੱਤੇ ਉਹ SGPC ਕੋਲੋਂ ਜ਼ਰੂਰ ਜਵਾਬ ਲੈਣ ਕਿ ਇਹ ਸਾਰਾ ਜਿਹੜਾ ਸਮਾਨ ਹੈ ਇਹ ਕਿੱਥੇ ਹੈ, ਕਿੰਨਾ ਆਇਆ, ਔਰ ਜਿਹੜਾ ਆਇਆ ਉਹ ਹੈ ਕਿੱਥੇ ਹੈ, ਜਿਹੜਾ ਨਹੀਂ ਆਇਆ ਉਹ ਸਰਕਾਰ ਕੋਲੋਂ ਕਲੇਮ ਕੀਤਾ ਜਾਵੇ, ਔਰ ਜੇ ਆ ਚੁੱਕਾ ਤਾਂ ਫਿਰ SGPC ਜਾਂ ਦਿੱਲੀ ਕਮੇਟੀ ਜਾਂ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹ ਵਾਰ ਵਾਰ ਕਿਉਂ ਮਿਨਿਸਟਰਾਂ ਕੋਲ ਜਾਂਦੇ ਸੀ ਕਿ ਸਮਾਨ ਵਾਪਸ ਕੀਤਾ ਜਾਵੇ? ਠੀਕ ਹੈ ਜੀ, ਇੱਕ ਵੱਡਾ ਸਵਾਲ ਹੈ, ਸਮਾਨ 2009 ਦੇ ਵਿੱਚ ਆ ਚੁੱਕਾ ਸੀਗਾ ਪਰ ਲੱਗਦਾ ਕਿਸੇ ਸੰਸਥਾਵਾਂ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਜਾਂ ਗੁਪਚੁੱਪ ਤਰੀਕੇ ਨਾਲ ਆ ਗਿਆ ਤਾਂ ਕਿ ਅੱਗੇ ਉਹਨੂੰ ਅੱਗੇ ਦਲਾਲਾਂ ਦੇ ਰਾਹੀਂ ਤਸਕਰੀ ਉਹਦੀ ਕੀਤੀ ਜਾਵੇ। ਕੀ ਇਹ ਮਾਮਲਾ 10 ਸਾਲਾਂ ਬਾਅਦ ਫੇਰ ਹੈ ਪੱਖਿਆ ਜਦੋਂ 35 ਸਾਲ ਹੋ ਚੁੱਕੇ ਨੇ ਓਪਰੇਸ਼ਨ ਬਲਿਊ ਸਟਾਰ ਦੇ? ਦੇਖਦੇ ਹਾਂ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜੀ ਇੱਕ ਅਨਮੋਲ ਖਜ਼ਾਨਾ ਸੀ ਸਿੱਖਾਂ ਦਾ, ਕੀ ਉਹ ਸਿੱਖਾਂ ਤੱਕ ਦੁਬਾਰਾ ਵਾਪਸ ਆਏਗਾ, ਪਰਤੇਗਾ, ਜਾਂ ਇਸੇ ਤਰੀਕੇ ਸ਼ਾਇਦ ਉਹ ਦਲਾਲਾਂ ਦੇ ਤਸਕਰੀਆਂ ਦਾ ਉਹ ਸਮਾਨ ਬਣ ਕੇ ਰਹਿ ਜਾਏਗਾ? ਇਸੇ ਤਰੀਕੇ ਜੋੜਦੇ ਰਹਾਂਗੇ, ਦੇਖਦੇ ਰਹੋ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲੇ।